दैनिक सवेरा अंधेरे से उजाले की ओर। लुधियाना के गोविंद नगर इलाके में स्थित सरकारी प्राइमरी व सीनियर सेकेंडरी स्कूल में सेहत विभाग की टीम द्वारा मिड डे मील के बने खाने की जांच की गई। इस दौरान सेहत विभाग की टीम ने प्राइमरी व सीनियर सेकेंडरी स्कूल से मिड डे मील के खाने के 4 सैंपल भरने की कार्रवाई की। इस संबंधी जानकारी देते हुए DHO डॉक्टर अविनाश कुमार ने बताया कि उन्होंने मिली शिकायत के आधार पर स्कूल में बने खाने की जांच की है। उनका कहना है कि प्राइमरी व सीनियर सेकेंडरी स्कूल के खाने को जांचने के बाद सैंपलों को लेबोरेटरी में जांच के लिए भेजा जाएगा। इसके साथ ही स्कूल प्रशासन को मिड डे मील का खाना बनाते समय स्वच्छता का खास ध्यान रखने संबंधी विशेष जानकारी भी दी गई। आज साडे स्कूल दे विच मिड डे मील दी चेकिंग हेल्थ डिपार्टमेंट वल्लों कीती गई है। ਉਹ ਅਕੋਰਡਿੰਗ ਟੂ ਦਾ ਸਰਕਾਰੀ ਹੁਕਮਾਂ ਦੇ ਮੁਤਾਬਕ ਜੋ ਵੀ ਮੀਨੂ ਸਾਨੂੰ ਪਿੱਛੇ ਅਲੋਟ ਹੁੰਦਾ ਉਸ ਦੇ ਅਕੋਰਡਿੰਗ ਮੀਨੂ ਜੋ ਬਣਾਇਆ ਉਹ ਚੈੱਕ ਕੀਤਾ ਗਿਆ। ਉਸ ਦੇ ਇਹਨਾਂ ਦੇ ਸੈਂਪਲ ਵੀ ਲੈ ਗਏ ਨੇ ਅਤੇ ਇਸ ਵਿੱਚ ਸਾਡਾ ਸਾਰਾ ਸਟਾਫ ਮਿਡ ਡੇ ਮੀਲ ਵਰਕਰਸ ਬਹੁਤ ਹੀ ਸੁਚੱਜੇ ਢੰਗ ਨਾਲ ਅਤੇ ਸਾਫ਼ ਸੁਥਰੀ ਦੀ ਪੂਰਾ ਬੱਚਿਆਂ ਦਾ ਖਿਆਲ ਰੱਖਦੇ ਨੇ। ਇਹ ਰੂਟੀਨ ਦੀ ਮਿਡ ਡੇ ਮੀਲ ਦੀ ਚੈਕਿੰਗ ਹੈ। ਅਸੀਂ ਸਮੇਂ ਸਮੇਂ ਅਨੁਸਾਰ ਤਕਰੀਬਨ ਕਈ ਹਰ ਸਕੂਲਾਂ ਦਾ ਹੀ ਮਿਡ ਡੇ ਮੀਲ ਚੈਕਿੰਗ ਕਰਦੇ ਹਾਂ। ਉਸ ਦੇ ਤਹਿਤ ਹੀ ਇਹ ਅਸੀਂ 2 ਸਕੂਲ ਅੱਜ ਦਾ ਖਾਣਾ ਚੈੱਕ ਕੀਤਾ ਹੈ। ਮੂਹਰੇ ਪ੍ਰਾਇਮਰੀ ਸਕੂਲ ਹੈ ਅਤੇ ਸੈਕੰਡਰੀ ਸਕੂਲ ਹੈ। ਇਹ ਸਕੂਲ ਗੌਰਮੈਂਟ ਪ੍ਰਾਇਮਰੀ ਸਕੂਲ ਗੋਬਿੰਦ ਨਗਰ ਅਤੇ ਦੂਸਰਾ ਵੀ ਸੇਮ ਕੈਂਪਸ ਦੇ ਵਿੱਚ ਆ, ਉਹ ਸੀਨੀਅਰ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਹੈ, ਸੇਮ ਕੈਂਪਸ ਦੇ ਵਿੱਚ ਹੈ। ਸਾਨੂੰ ਇਸ ਦੀ ਕੰਪਲੇਂਟ ਵੀ ਸੀ ਵੀ ਇੱਥੇ ਖਾਣਾ ਠੀਕ ਤਿਆਰ ਨਹੀਂ ਹੋ ਰਿਹਾ, ਬੱਚਿਆਂ ਨੂੰ ਠੀਕ ਸੁਵਿਧਾ ਨਹੀਂ ਮਿਲ ਰਹੀ। ਅਸੀਂ ਚੈੱਕ ਕੀਤਾ ਦੋਨਾਂ ਸਕੂਲਾਂ ਦੇ ਵਿੱਚ ਖਿਚੜੀ ਅਤੇ ਖਿਚੜੀ ਬਣੀ ਹੋਈ ਸੀ ਅਤੇ ਅਸੀਂ ਖਿਚੜੀ ਅਤੇ ਆਟੇ ਦਾ ਦੋਨਾਂ ਸਕੂਲਾਂ ਦੇ ਵਿੱਚੋਂ 2-2 ਸੈਂਪਲ ਲਿੱਤੇ ਨੇ। ਟੋਟਲ 4 ਸੈਂਪਲ ਅਸੀਂ ਲਿੱਤੇ ਨੇ ਅਤੇ ਇਸ ਤੋਂ ਇਲਾਵਾ ਅਸੀਂ ਇਹਨਾਂ ਨੂੰ ਫੂਡ ਸੇਫਟੀ ਸੰਬੰਧੀ ਹਦਾਇਤਾਂ ਦਿੱਤੀਆਂ ਨੇ ਵੀ ਤਾਂ ਕਿ ਹੋਰ ਆਪਾਂ ਬੱਚਿਆਂ ਨੂੰ ਬੈਟਰ ਸਰਵਿਸਿਜ਼ ਖਾਣੇ ਸੰਬੰਧੀ ਕਿਵੇਂ ਦੇ ਸਕਦੇ।